ਸਤਿ ਸ਼੍ਰੀ ਅਕਾਲ ਵੀਰੇ, ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜੱਟਾਂ ਐਂਡ ਟਰੈਕਟਰ ਚੈਨਲ ਵਿੱਚ। ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜੱਟਾਂ ਐਂਡ ਟਰੈਕਟਰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ ਵੀਰੇ। ਸਵਾਗਤ ਹੈ ਵੀਰੇ ਜੱਟਾਂ ਐਂਡ ਟਰੈਕਟਰ ਚੈਨਲ ਵਿੱਚ। ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ, 9873890942। ਜੇਕਰ ਤੁਸੀਂ ਖੇਤੀਬਾੜੀ ਦਾ ਕੋਈ ਵੀ ਸਾਨੂੰ ਸੇਲ ਕਰਨਾ ਹੁੰਦਾ, ਟਰੈਕਟਰ, ਟਰਾਲੀ, ਕਾਰ, ਜੀਪ, ਹਲ ਤਵੀਆਂ, ਕੋਈ ਵੀ ਮਸ਼ੀਨਰੀ, ਤਾਂ ਉਹਦੀਆਂ 4-5 ਫੋਟੋਆਂ ਦੀ ਲੋੜੀਂਦੀ ਜਾਣਕਾਰੀ ਸਾਨੂੰ ਸਾਡੇ ਇਸ ਨੰਬਰ 'ਤੇ ਭੇਜ ਕੇ ਆਪਣੀ ਐਡ ਸਾਡੇ ਯੂਟਿਊਬ ਚੈਨਲ 'ਤੇ ਲਵਾ ਸਕਦੇ ਹੋ। ਥੈਂਕ ਯੂ ਵੀਰੇ। ਇੱਕ ਜਿੰਨੇ ਵੀ ਕਿਸੇ ਵੀ ਮਸ਼ੀਨਰੀ ਦੀ ਐਡ ਲਵਾਉਣ ਲਈ ਫੋਟੋਆਂ ਸੈਂਡ ਕਰਦੇ ਆ, ਉਸਦਾ ਰੇਟ ਸਹੀ ਦੱਸਿਆ ਕਰਨਾ। ਇੰਨਾ ਕੁ ਰੇਟ ਹੁੰਦਾ ਵੀਰੇ, ਓਨਾ ਕੁ ਦੱਸਿਆ ਕਰੋ। 60-70 ਹਜ਼ਾਰ ਰੁਪਇਆ ਜ਼ਿਆਦਾ ਦੱਸੇ ਤਾਂ ਕੋਈ ਫਾਇਦਾ ਨਹੀਂ, ਤੁਹਾਡੀ ਮਸ਼ੀਨਰੀ ਸੇਲ ਨਹੀਂ ਹੋ ਪਾਉਂਦੀ। ਜੇਕਰ ਰੇਟ ਸਹੀ ਦੱਸਿਆ ਹੋਊਗਾ ਤਾਂ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇਗੀ। ਜਿਹੜੇ ਵੀਰ ਰੇਟ ਜ਼ਿਆਦਾ ਦੱਸਣਗੇ ਆਪਾਂ ਉਹਨਾਂ ਦੀ ਐਡ ਨਹੀਂ ਕਰਨੀ। ਥੈਂਕ ਯੂ ਵੀਰੇ। ਅੱਜ ਆਪਣੇ ਕੋਲ ਸੇਲ ਵਿੱਚ 6 ਚੀਜ਼ਾਂ ਨੇ। ਟਰੈਕਟਰ ਵਾਲੀ ਕੰਬਾਈਨ ਸਵਰਾਜ 735 FE, ਫੋਰਡ 3630, ਮਹਿੰਦਰਾ 575, ਮਾਰਸਡੀਜ਼ ਬੈਂਜ ਗੱਡੀ ਅਤੇ ਰੋਇਲ ਇਨਫੀਲਡ ਬੁਲਟ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਹਿੰਦਰਾ 575 DI ਟਰੈਕਟਰ ਬਾਰੇ। ਇਹ ਟਰੈਕਟਰ 2014 ਮਾਡਲ ਆ ਅਤੇ ਟਰੈਕਟਰ ਅੰਮ੍ਰਿਤਸਰ ਏਰੀਏ ਵਿਖੇ ਖੜ੍ਹਾ ਹੈ। 810 ਘੰਟੇ ਚੱਲਿਆ ਹੋਇਆ, ਬਾਕੀ ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ, ਹਾਲ ਤੁਸੀਂ ਦੇਖ ਸਕਦੇ ਹੋ। ਇਕਦਮ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਆ, ਨਾਲ ਦਾ ਰੰਗ ਪੇਂਟ ਆ ਜੋ ਏਜੰਸੀ ਵੱਲੋਂ ਆਇਆ ਸੀ, ਕਿਤੋਂ ਰੰਗ ਪੇਂਟ ਲਿਹਾ ਨਹੀਂ ਹੋਇਆ, ਕਿਤੇ ਵੀਰੇ ਦੇਖਣ ਨੂੰ ਸਕਰੈਚ ਤੱਕ ਨਹੀਂ। ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਖੜ੍ਹਾ। ਟਰੈਕਟਰ ਵੀਰੇ ਡਬਲ ਕਲੱਚ ਆ, ਪਾਵਰ ਬ੍ਰੇਕ ਅਤੇ ਪਾਵਰ ਸਟੀਅਰਿੰਗ ਦੇ ਨਾਲ, ਬਾਕੀ ਇਕਦਮ ਆਲ ਓਰੀਜਨਲ ਟਰੈਕਟਰ ਹੈ। ਸਾਰੇ ਪਾਰਟਸ ਟਰੈਕਟਰ ਦੇ ਨਾਲ ਦੇ ਨੇ, ਕੋਈ ਵੀ ਪਾਰਟ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ, ਆਲ ਓਰੀਜਨਲ ਟਰੈਕਟਰ ਹੈ ਵੀਰੇ। ਇੱਥੋਂ ਤੱਕ ਕਿ ਟਰੈਕਟਰ ਦੇ ਜੋ ਟਾਇਰ ਹੈ ਉਹ ਵੀ ਟਰੈਕਟਰ ਦੇ ਨਾਲ ਦੇ ਨੇ, 90 ਪੈਸੇ ਟਰੈਕਟਰ ਦੇ ਟਾਇਰ ਪਏ ਹੈ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਇਕਦਮ ਸਿੱਕੇ ਬਣ ਟਰੈਕਟਰ ਹੈ, ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜ੍ਹਾ। ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਆ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ, ਕੋਈ ਬਲੋ ਨਹੀਂ ਮਾਰਦਾ। ਟਰੈਕਟਰ ਖਰੀਦਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਅਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ, ਉਹ ਰੱਖੀ ਹੈ 4,30,000 ਰੁਪਏ। ਬਾਕੀ ਵੀਰੇ ਹਲਕਾ ਫੁਲਕਾ ਮੌਕੇ 'ਤੇ ਲੈਸ ਵੀ ਹੋ ਸਕਦਾ, ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 81465 90462। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਉਹ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ, ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਟਰੈਕਟਰ ਵੀਰ ਤੋਂ ਖਰੀਦ ਸਕਦਾ। ਹੁਣ ਗੱਲ ਕਰਦੇ ਹਾਂ ਜੀ ਮਾਰਸਡੀਜ਼ ਬੈਂਜ ਗੱਡੀ ਬਾਰੇ। ਇਹ ਗੱਡੀ ਏਸੀ ਵੀਰ ਕੋਲ ਵਿਕਾਊਗਾ, ਜਿਸ ਵੀਰ ਕੋਲ 575 ਮਹਿੰਦਰਾ ਵਿਕਾਊਗਾ, ਅਤੇ ਗੱਡੀ ਅੰਮ੍ਰਿਤਸਰ ਏਰੀਏ ਵਿਖੇ ਖੜ੍ਹੀ ਹੈ। ਇਹ ਗੱਡੀ 2007 ਮਾਡਲ ਹੈ ਅਤੇ ਗੱਡੀ ਦਾ ਚੰਡੀਗੜ੍ਹ ਦਾ ਨੰਬਰ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਇਕਦਮ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਹੈ, ਨਾਲ ਦਾ ਰੰਗ ਪੇਂਟ ਹੈ ਜੋ ਏਜੰਸੀ ਵੱਲੋਂ ਆਇਆ ਸੀ, ਸ਼ੋਰੂਮ ਕੰਡੀਸ਼ਨ ਦੇ ਵਿੱਚ ਗੱਡੀ ਖੜ੍ਹੀ ਹੈ ਵੀਰੇ। ਸਾਰੇ ਪਾਰਟਸ ਗੱਡੀ ਦੇ ਨਾਲ ਦੇ ਨੇ, ਕੋਈ ਵੀ ਪਾਰਟ ਗੱਡੀ ਦਾ ਚੇਂਜ ਨਹੀਂ ਕੀਤਾ ਗਿਆ। ਬਾਕੀ ਕੰਡੀਸ਼ਨ ਤੁਸੀਂ ਖੁਦ ਵੀ ਦੇਖ ਸਕਦੇ ਹੋ, ਗੱਡੀ ਦੇ ਆਟੋਮੈਟਿਕ ਗੇਅਰ ਨੇ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ, ਹਾਲ ਤੁਸੀਂ ਦੇਖ ਸਕਦੇ ਹੋ। ਬਾਕੀ ਵੀਰੇ ਸੀਟ ਕਵਰ ਦੀ ਹਾਲਤ ਵੀ ਤੁਸੀਂ ਦੇਖ ਸਕਦੇ ਹੋ, ਇਕਦਮ ਵਧੀਆ ਹਾਲਤ ਵਿੱਚ ਸੀਟ ਕਵਰ ਨੇ, ਪਾਵਰ ਵਿੰਡੋਜ਼ ਹੈ ਵੀਰੇ, ਸਾਰੀ ਗੱਡੀ ਪਾਵਰ 'ਤੇ ਆ। ਬਾਕੀ ਵੀਰੇ ਸਨਰੂਫ ਲੱਗਿਆ ਹੋਇਆ, ਛੱਤ ਓਪਨ ਹੋ ਜਾਂਦੀ ਹੈ, ਫੋਟੋਆਂ ਤੁਸੀਂ ਦੇਖ ਸਕਦੇ ਹੋ। ਬਾਕੀ ਵੀਰੇ ਮਾਲਕ ਵੀਰ ਨੇ ਸਰਵਿਸ ਵਗੈਰਾ ਦਾ ਕੰਮ ਸਾਰਾ ਕਰਵਾਇਆ ਹੋਇਆ, ਖਰੀਦਣ ਤੋਂ ਬਾਅਦ ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ। ਇਕਦਮ ਸਿੱਕੇਬੰਦ ਗੱਡੀ ਹੈ, ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜ੍ਹੀ ਹੈ। ਮਾਲਕ ਵੀਰ ਵੱਲੋਂ ਗੱਡੀ ਦੀ ਪੂਰੀ ਫੁੱਲ ਗਰੰਟੀ ਆ, ਗੱਡੀ ਲੈਣ ਸਮੇਂ ਤੁਸੀਂ ਗੱਡੀ ਚਲਾ ਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਹੋ, ਇਕਦਮ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਹੈ। ਬਾਕੀ ਤੁਸੀਂ ਟਾਇਰਾਂ ਵਗੈਰਾ ਦੀ ਹਾਲਤ ਦੇਖ ਸਕਦੇ ਹੋ, ਗੱਡੀ ਦੇ ਵੀਲ ਚੜੇ ਹੋਏ ਹੈ। ਬਾਕੀ ਮਾਲਕ ਵੀਰ ਨੇ ਗੱਡੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 6,70,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋਜੂਗਾ, ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 81465 90462। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਗੱਡੀ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ, ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਗੱਡੀ ਵੀਰ ਤੋਂ ਖਰੀਦ ਸਕਦਾ ਹੈ।
ਹੁਣ ਗੱਲ ਕਰਦੇ ਹਾਂ ਜੀ ਸਵਰਾਜ 735 FE ਬਾਰੇ। ਇਹ ਟਰੈਕਟਰ 1998 ਮਾਡਲ ਹੈ ਅਤੇ ਟਰੈਕਟਰ ਪਿੰਡ ਕਿਸ਼ਨਗੜ੍ਹ ਫਰਮਾਹੀ ਵਿਖੇ ਖੜ੍ਹਾ ਹੈ ਜੋ ਕਿ ਮਾਨਸਾ ਜ਼ਿਲ੍ਹੇ ਵਿੱਚ ਪੈ ਜਾਂਦਾ ਹੈ। ਬਾਕੀ ਫੋਟੋਆਂ ਸਕਰੀਨ 'ਤੇ ਸ਼ੋਅ ਹੋ ਰਹੀਆਂ ਨੇ, ਹਾਲਤ ਤੁਸੀਂ ਦੇਖ ਸਕਦੇ ਹੋ। ਸ਼ੋਅ ਮਾਲਕ ਵੀਰ ਨੇ ਲਾ ਕੇ ਰੱਖੀ ਹੋਈ ਹੈ। ਰੰਗ ਪੇਂਟ ਟਰੈਕਟਰ ਸਾਰਾ ਆਲ ਓਰੀਜਨਲ ਹੈ, ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਹੈ, ਕਿਤੋਂ ਵੀ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ। ਅਤੇ ਟਰੈਕਟਰ ਦੇ ਸਾਰੇ ਪਾਰਟਸ ਓਰੀਜਨਲ ਪਾਰਟਸ ਨੇ, ਕੋਈ ਵੀ ਪਾਰਟ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ, ਇਕਦਮ ਆਲ ਓਰੀਜਨਲ ਟਰੈਕਟਰ ਹੈ। ਟਰੈਕਟਰ ਵੀਰੇ ਸਿੰਗਲ ਕਲੱਚ ਹੈ, ਸੈਂਟਰ ਗੇਅਰ ਅਤੇ ਸਿੰਪਲ ਸਟੀਅਰਿੰਗ ਦੇ ਨਾਲ, ਬਾਕੀ ਇਕਦਮ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ। ਬਾਕੀ ਫੋਟੋਆਂ ਤੁਸੀਂ ਦੇਖ ਸਕਦੇ ਹੋ, ਸਕਰੀਨ 'ਤੇ ਸ਼ੋਅ ਹੋ ਰਹੀਆਂ ਨੇ। ਅਤੇ ਮਾਲਕ ਵੀਰ ਨੇ ਟਾਇਰ ਵੀਰੇ ਇਹਦੇ ਬਿਲਕੁਲ ਨਵੇਂ ਪਵਾਏ ਹੋਏ ਹੈ। ਟਾਇਰਾਂ ਦੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ, ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਆ, ਚਾਰੇ ਟਾਇਰ ਹੀ ਮਾਲਕ ਵੀਰ ਨੇ ਨਵੇਂ ਪਵਾਏ ਹੈ। ਬਾਕੀ ਵੀਰੇ ਮਾਲਕ ਵੀਰ ਨੇ ਟਰੈਕਟਰ ਦਾ ਸਾਰਾ ਕੰਮ ਕਰਵਾਇਆ ਹੋਇਆ, ਇੰਜਣ ਦਾ ਕੰਮ ਹੋਇਆ ਹੋਇਆ। ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਆ, ਇੰਜਣ ਗੇਅਰ ਪੰਪ ਫੁੱਲ ਓਕੇ ਹੈ। ਟਰੈਕਟਰ ਖਰੀਦਣ ਸਮੇਂ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਖਰੀਦਣ ਤੋਂ ਬਾਅਦ ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ। ਇਕਦਮ ਸਿੱਕੇ ਬਣ ਟਰੈਕਟਰ ਹੈ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜ੍ਹਾ ਹੈ। ਅਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ, ਉਹ ਰੱਖੀ 1,70,000 ਰੁਪਏ। ਬਾਕੀ ਵੀਰੇ ਹਲਕਾ ਫੁਲਕਾ ਮੌਕੇ 'ਤੇ ਲੈਸ ਵੀ ਹੋ ਜੂਗਾ। ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋਅ ਹੋ ਰਿਹਾ, 99,152,58,654। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਟਰੈਕਟਰ ਵੀਰ ਤੋਂ ਖਰੀਦ ਸਕਦਾ। ਹੁਣ ਗੱਲ ਕਰਦੇ ਹਾਂ ਜੀ ਰੋਇਲ ਇਨਫੀਲਡ ਸਟੈਂਡਰਡ ਬੁਲਟ ਦੀ। ਇਹ ਬੁਲਟ 2017 ਮਾਡਲ ਹੈ ਅਤੇ 2017 ਦੇ 5ਵੇਂ ਮਹੀਨੇ ਵਿੱਚ ਆਇਆ ਹੋਇਆ ਅਤੇ ਪਿੰਡ ਸਧਾਣਾ ਵਿਖੇ ਖੜ੍ਹਾ ਹੈ ਜੋ ਕਿ ਬਠਿੰਡੇ ਜ਼ਿਲ੍ਹੇ ਵਿੱਚ ਪੈ ਜਾਂਦਾ ਹੈ, ਨੀਅਰ ਰਾਮਪੁਰਾ ਫੂਲ। ਬਾਕੀ ਵੀਰੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋਅ ਹੋ ਰਹੀਆਂ ਨੇ। ਇਕਦਮ ਨਵੀਂ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੈ, ਸਾਰਾ ਰੰਗ ਪੇਂਟ ਆਲ ਓਰੀਜਨਲ ਹੈ। ਕਿਤੋਂ ਮੋਟਰਸਾਈਕਲ ਨੂੰ ਰੰਗ ਪੇਂਟ ਦੁਬਾਰਾ ਨਹੀਂ ਹੋਇਆ, ਕਿਤੋਂ ਵੀਰੇ ਰੰਗ ਪੇਂਟ ਲਿਹਾ ਨਹੀਂ ਹੋਇਆ, ਦੇਖਣ ਨੂੰ ਕਿਤੇ ਸਕਰੈਚ ਤੱਕ ਨਹੀਂ, ਕੋਈ ਡੈਂਟ ਨਹੀਂ, ਕੋਈ ਪੇਂਟ ਨਹੀਂ। ਇਕਦਮ ਵਧੀਆ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੈ। ਬਾਕੀ ਟਾਇਰਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ, ਨਾਲ ਦੇ ਟਾਇਰ ਹੈ, ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਪਏ ਨੇ। ਸਾਰੇ ਪਾਰਟਸ ਮੋਟਰਸਾਈਕਲ ਦੇ ਨਾਲ ਦੇ ਨੇ, ਕੋਈ ਵੀ ਪਾਰਟ ਮੋਟਰਸਾਈਕਲ ਦਾ ਚੇਂਜ ਨਹੀਂ ਕੀਤਾ ਗਿਆ, ਇਕਦਮ ਆਲ ਓਰੀਜਨਲ ਮੋਟਰਸਾਈਕਲ ਹੈ ਵੀਰੇ। ਬਾਕੀ ਮਾਲਕ ਵੀਰ ਨੇ ਬੈਟਰੀਸ ਦੀ ਨਵੀਂ ਧਰਵਾਈ ਹੋਈ ਹੈ, ਹਾਰਨ ਨਵੇਂ ਲਵਾਏ ਹੋਏ ਆ ਵੀਰੇ ਰੂਟਸ ਦੇ, ਅਤੇ ਲਾਈਟ ਵਾਲੀ ਨੰਬਰ ਪਲੇਟ ਲੱਗੀ ਹੋਈ ਹੈ। ਕੰਡੀਸ਼ਨ ਵੀਰੇ ਬਿਲਕੁਲ ਓਕੇ ਹੈ, ਮੋਟਰਸਾਈਕਲ ਨੂੰ ਸਾਰੇ ਉਹਨੂੰ ਲੈਮੀਨੇਸ਼ਨ ਕੀਤਾ ਹੋਇਆ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੈ ਅਤੇ ਮੋਟਰਸਾਈਕਲ 8,600 ਕਿਲੋਮੀਟਰ ਚੱਲਿਆ ਹੋਇਆ। ਮਾਲਕ ਵੀਰ ਵੱਲੋਂ ਮੋਟਰਸਾਈਕਲ ਦੀ ਪੂਰੀ ਫੁੱਲ ਗਰੰਟੀ ਆ, ਮੋਟਰਸਾਈਕਲ ਖਰੀਦਣ ਸਮੇਂ ਤੁਸੀਂ ਚੈੱਕ ਕਰਕੇ ਚਲਾ ਕੇ ਖਰੀਦ ਸਕਦੇ ਹੋ। ਅਤੇ ਮਾਲਕ ਵੀਰ ਨੇ ਇਹਦੀ ਉਹ ਡਿਮਾਂਡ ਰੱਖੀ ਹੈ, ਉਹ ਰੱਖੀ 1,19,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ। ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋਅ ਹੋ ਰਿਹਾ, 84,375,44,098। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਮੋਟਰਸਾਈਕਲ ਵੀਰ ਤੋਂ ਖਰੀਦਣਾ ਚਾਹੁੰਦਾ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਮੋਟਰਸਾਈਕਲ ਵੀਰ ਤੋਂ ਖਰੀਦ ਸਕਦਾ। ਹੁਣ ਗੱਲ ਕਰਦੇ ਹਾਂ ਜੀ ਫੋਰਡ 3630 ਟਰੈਕਟਰ ਬਾਰੇ। ਇਹ ਟਰੈਕਟਰ 2001 ਮਾਡਲ ਹੈ ਅਤੇ ਟਰੈਕਟਰ ਫਰੀਦਕੋਟ ਏਰੀਏ ਵਿਖੇ ਖੜ੍ਹਾ ਹੈ। ਹਾਲ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋਅ ਹੋ ਰਹੀਆਂ ਨੇ। ਟਰੈਕਟਰ ਦਾ ਸਾਰਾ ਰੰਗ ਪੇਂਟ ਆਲ ਓਰੀਜਨਲ ਹੈ, ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਹੈ। ਕਿਤੋਂ ਵੀਰੇ ਦੁਬਾਰਾ ਰੰਗ ਪੇਂਟ ਨਹੀਂ ਹੋਇਆ, ਕਿਤੋਂ ਰੰਗ ਪੇਂਟ ਲਿਹਾ ਨਹੀਂ ਹੋਇਆ, ਰਿੰਬਾਂ ਤੋਂ ਵੀਰੇ ਥੋੜ੍ਹਾ ਰੰਗ ਪੇਂਟ ਲਿਹਾ ਹੋਇਆ, ਪਰ ਬਾਡੀ ਤੋਂ ਵੀਰੇ ਕਿਤੇ ਦੇਖਣ ਨੂੰ ਸਕਰੈਚ ਤੱਕ ਨਹੀਂ। ਟਰੈਕਟਰ ਦੇ ਸਾਰੇ ਪਾਰਟਸ ਓਰੀਜਨਲ ਪਾਰਟਸ ਨੇ, ਕੋਈ ਵੀ ਪਾਰਟ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ, ਇਕਦਮ ਆਲ ਓਰੀਜਨਲ ਟਰੈਕਟਰ ਹੈ ਵੀਰੇ। ਬਾਕੀ ਕੰਡੀਸ਼ਨ ਤੁਸੀਂ ਖੁਦ ਵੀ ਦੇਖ ਸਕਦੇ ਹੋ। ਅਤੇ ਟਰੈਕਟਰ ਦੇ ਉਹ ਟਾਇਰ ਹੈ, ਚਾਰੇ ਟਾਇਰ 95 ਪੈਸੇ ਨੇ, ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਆ। ਅਤੇ ਟਰੈਕਟਰ ਦੇ ਵੀਰੇ 16-9-28 ਵਾਲੇ ਟਾਇਰ ਹੈ, ਅਗਲੇ ਟਾਇਰਾਂ ਦੇ ਮਗਰਾਟ ਚੜ੍ਹੇ ਹੋਏ ਨੇ। ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ। ਟਰੈਕਟਰ ਵੀਰੇ ਡਬਲ ਕਲੱਚ ਹੈ, ਸਿੰਪਲ ਸਟੀਅਰਿੰਗ ਅਤੇ ਸੈਂਟਰ ਗੇਅਰ ਦੇ ਨਾਲ। ਬਾਕੀ ਤੁਸੀਂ ਦੇਖ ਸਕਦੇ ਹੋ,
ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਖੜ੍ਹਾ ਹੈ। ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਆ। ਖਰੀਦਣ ਤੋਂ ਬਾਅਦ ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ। ਟਰੈਕਟਰ ਲੈਣ ਤੋਂ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਇੱਕਦਮ ਸਿੱਕੇ ਬਣ ਟਰੈਕਟਰ ਹੈ ਵੀਰੇ, ਅਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ, ਉਹ ਰੱਖੀ ਹੈ 350,000 ਰੁਪਏ। ਬਾਕੀ ਵੀਰੇ ਹਲਕਾ ਫੁਲਕਾ ਮੌਕੇ 'ਤੇ ਲੈਸ ਵੀ ਹੋ ਸਕਦਾ ਹੈ, ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ 94645 57447। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ, ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ। ਹੁਣ ਗੱਲ ਕਰਦੇ ਹਾਂ ਇਹ ਸਟੈਂਡਰਡ ਟਰੈਕਟਰ ਵਾਲੀ ਕੰਬਾਈਨ ਦੀ। ਇਹ ਕੰਬਾਈਨ 2016 ਮਾਡਲ ਹੈ ਅਤੇ ਕੰਬਾਈਨ ਲਾਲਬਾਈ ਏਰੀਏ ਵਿਖੇ ਖੜ੍ਹੀ ਹੈ, ਤਹਿਸੀਲ ਗਿੱਦੜਬਾਹਾ, ਜ਼ਿਲ੍ਹਾ ਮੁਕਤਸਰ। ਇਹ ਕੰਬਾਈਨ ਵੀਰੇ ਹੰਡਿਆਇਆ ਦੀ ਬਣੀ ਹੋਈ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਇੱਕਦਮ ਨਵੀਂ ਹਾਲ ਦੇ ਵਿੱਚ ਕੰਬਾਈਨ ਹੈ। ਸਾਰਾ ਰੰਗ ਪੇਂਟ ਆਲ ਓਰੀਜਨਲ ਹੈ, ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ। ਕਿਤੋਂ ਵੀਰੇ ਦੁਬਾਰਾ ਰੰਗ ਪੇਂਟ ਨਹੀਂ ਹੋਇਆ, ਕਿਤੋਂ ਰੰਗ ਪੇਂਟ ਵੀਰੇ ਖਰਾਬ ਨਹੀਂ ਹੋਇਆ, ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਹੈ। ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ। ਮਾਲਕ ਵੀਰ ਵੱਲੋਂ ਕੰਬਾਈਨ ਦੀ ਪੂਰੀ ਫੁੱਲ ਗਰੰਟੀ ਹੈ, ਬਾਕੀ ਤੁਸੀਂ ਖੁਦ ਵੀ ਦੇਖ ਸਕਦੇ ਹੋ। ਅਤੇ ਮਾਲਕ ਵੀਰ ਨੇ ਕੰਬਾਈਨ ਦੀ ਉਹ ਡਿਮਾਂਡ ਰੱਖੀ ਹੈ, ਉਹ ਰੱਖੀ ਹੈ 555,000 ਰੁਪਏ। ਬਾਕੀ ਵੀਰੇ ਮੌਕੇ 'ਤੇ ਲੈਸ ਵੀ ਹੋ ਜੂਗਾ, ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ 7355 21744। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰ ਇਹ ਕੰਬਾਈਨ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ, ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਕੰਬਾਈਨ ਵੀਰ ਤੋਂ ਖਰੀਦ ਸਕਦਾ। ਥੈਂਕ ਯੂ ਵੀਰੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਹੋਰ ਵੀਰ ਵੀ ਆਪਣੀ ਵੀਡੀਓ ਨੂੰ ਦੇਖ ਸਕਣ, ਜਿਨ੍ਹਾਂ ਨੂੰ ਕੋਈ ਵੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਕੋਈ ਦਿੱਕਤ ਨਾ ਆ ਸਕੇ। ਇਹ ਐਡ ਵੀਰੇ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਜਿੰਨੇ ਮੇਰੇ ਵੀਰੇ ਐਡ ਕਰਵਾਉਣੀ ਚਾਹੁੰਦੇ ਹੈ ਤਾਂ ਉਹ ਆਪਣੀ ਮਸ਼ੀਨਰੀ ਦੀਆਂ 5-6 ਫੋਟੋਆਂ ਅਤੇ ਲੋੜੀਂਦੀ ਜਾਣਕਾਰੀ ਸਾਨੂੰ ਸਾਡੇ ਹੈਲਪਲਾਈਨ ਨੰਬਰ 'ਤੇ ਭੇਜ ਕੇ ਆਪਣੀ ਐਡ ਸਾਡੇ ਯੂਟਿਊਬ ਚੈਨਲ 'ਤੇ ਲਵਾ ਸਕਦੇ ਹੈ। ਹੈਲਪਲਾਈਨ ਨੰਬਰ ਵੀਰੇ ਸਟਾਰਟਿੰਗ 'ਤੇ ਦਿੱਤਾ ਹੋਇਆ, ਅਤੇ ਜੁੜੇ ਰਹੋ ਵੀਰੇ ਆਪਣੇ ਚੈਨਲ ਜੱਟਾਂ ਟਰੈਕਟਰ ਦੇ ਨਾਲ। ਜਿਨ੍ਹਾਂ ਵੀਰਾਂ ਨੇ ਆਪਣਾ ਚੈਨਲ ਜੱਟਾਂ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ, ਉਹ ਸਾਰੇ ਵੀਰ ਸਬਸਕ੍ਰਾਈਬ ਕਰ ਲੈਣ। ਆਪਾਂ ਡੇਲੀ 5-6 ਖੇਤੀਬਾੜੀ ਵਿਕਾਊ ਸੰਦਾਂ ਦੀ ਇੱਕ ਵੀਡੀਓ ਲੈ ਕੇ ਆਉਂਦੇ ਹਾਂ, ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਦੇਖ ਸਕੋ, ਅਤੇ ਤੁਹਾਨੂੰ ਖੇਤੀਬਾੜੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਕੋਈ ਦਿੱਕਤ ਨਾ ਆ ਸਕੇ। ਥੈਂਕ ਯੂ ਵੀਰੇ। ਜੁੜੇ ਰਹੋ ਆਪਣੇ ਚੈਨਲ ਜੱਟਾਂ ਟਰੈਕਟਰ ਦੇ ਨਾਲ। ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ।